ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਕਿਸਾਨ ਵੀਰਾਂ ਦਾ ਭੈਣਾ ਦਾ ਧੰਨਵਾਦ ਕਰਦੇ ਹਾਂ ਜਿਹੜੇ ਲੱਖਾਂ ਦੀ ਗਿਣਤੀ 'ਚ ਅੱਜ ਕਿਸਾਨ ਪ੍ਰਿਹੜੇ 'ਚ ਪਹੁੰਚੇ ਔਰ ਬਹੁਤ ਵੱਡਾ ਇਕੱਠ ਸੀਗਾ ਇਤਿਹਾਸਕ ਸੀ ਯਾਰ ਪੱਖੋਂ ਔਰ ਜਦੋਂ ਆਪਾਂ ਦਿੱਲੀ 'ਚ ਗਏ ਦਿੱਲੀ ਦੇ ਲੋਕਾਂ ਨੇ ਬਹੁਤ ਭਰਵਾ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਜਗ੍ਹਾ-ਜਗ੍ਹਾ ਲੰਗਰ ਲਾਏ ਇਸ ਪੱਖੋਂ ਅੱਜ ਦਾ ਪ੍ਰੋਗਰਾਮ ਆਪਣਾ ਬਹੁਤ ਅੱਛਾ ਸੀ ਪਰ ਇਹਦੇ 'ਚ ਅੱਜ ਕੁਝ ਜਿਹੜੀਆਂ ਦਿੱਕਤਾਂ ਵੀ ਜਿਹੜੀਆਂ ਸੀ ਉਹ ਸਾਹਮਣੇ ਆਈਆਂ। ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਪ੍ਰੇਟ ਕਰਨ ਦਾ ਫੈਸਲਾ ਕੀਤਾ ਸੀ। ਉਹਦੇ 'ਚ ਇੱਕ ਰੂਟ ਵਾਲੇ ਮਾਮਲੇ ਨੂੰ ਇੱਕ ਨੌਨ ਇਸ਼ੂ ਨੂੰ ਜਿੱਦਾਂ ਇਸ਼ੂ ਬਣਾਇਆ ਗਿਆ। ਇਸ਼ੂ ਸਾਡਾ ਕੀ ਸੀਗਾ ਸਾਡਾ ਮੁੱਦਾ ਖੇਤੀ ਕਾਨੂੰਨ ਰੱਦ ਕਰਾਉਣੇ ਆ ਸਾਡਾ ਮੁੱਦਾ ਇਹ ਨਹੀਂ ਸੀ ਵੀ ਤੁਸੀਂ ਕਿਹੜੀ ਸੜਕ ਦੀ ਲੰਘਣਾ ਤੇ ਕਿਹੜੀ ਸੜਕ ਤੇ ਤੁਸੀਂ ਨਹੀਂ ਲੰਘਣਾਗਾ ਸੜਕ ਦੇ ਮੁੱਦੇ ਨੂੰ ਇੰਨਾ ਬਣਾ ਕੇ ਵੱਡਾ ਅੰਦੋਲਨ ਨੂੰ ਅੱਜ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਜਿਹੜਾ ਸਾਡਾ ਮੁੱਖ ਮੁੱਦਾ ਸੀਗਾ ਖੇਤੀ ਕਾਨੂੰਨ ਰੱਦ ਕਰਾਉਣਾ ਉਹਨੂੰ ਰੋਲਣ ਦੀ ਕੋਸ਼ਿਸ਼ ਕੀਤੀ ਗਈ ਇੱਥੋਂ ਤੱਕ ਕਿ ਖੇਤੀ ਕਾਨੂੰਨਾਂ ਦੇ ਨੂੰ ਰੋਲਣ ਵਾਸਤੇ ਇਕੱਲਾ ਸੜਕ ਵਾਲਾ ਮੁੱਦਾ ਨਹੀਂ ਵਿਐਸ ਰੋਡ ਤੇ ਜਾਣਾ ਇਸ ਰੋਡ ਤੇ ਨਹੀਂ ਜਾਣਾਗਾ ਇੱਥੋਂ ਦੀ ਗਾਂਹ ਜਾਂਦਿਆਂ ਭਾਜਪੀ ਦੇ ਜਿਹੜਾ ਐਮਪੀ ਆ ਗੁਰਦਾਸਪੁਰ ਤੋਂ ਸੰਨੀ ਦਿਓਲ ਉਹਦਾ ਖਾਸਮ ਖਾਸ ਔਰ ਭਾਜਪੀ ਦਾ ਪ੍ਰਚਾਰਕ ਦੀਪ ਸਿੱਧੂ ਉਹਨੇ ਅਮਿਤ ਸ਼ਾਹ ਔਰ ਭਾਜਪੀ ਦੀ ਮਿਲੀ ਭੁਗਤ ਦੇ ਨਾਲ 26 ਜਨਵਰੀ ਜਦੋਂ ਕੋਈ ਪਰਿੰਦਾ ਪਰ ਨਹੀਂ ਮਾਰ ਸਕਦਾ ਲਾਲ ਕਿਲੇ 'ਚ ਅੱਗੇ ਪਿੱਛੇ ਵੀ ਪਰਿੰਦਾ ਪਰ ਨਹੀਂ ਮਾਰ ਸਕਦਾ 21 ਤਰੀਕ ਨੂੰ ਸਾਡਾ ਇੱਕ ਦੋਸਤ ਉਧਰ ਗਿਆ ਉਹਨੇ ਕਿਹਾ ਕਿ ਉਹ ਤੇ ਬਹੁਤ ਜ਼ਬਰਦਸਤ ਬੈਰੀਗੇਟਿੰਗ ਕੀਤੀ ਹੋਈ ਸੀ ਪਰ 25 ਨੂੰ ਕੋਈ ਬੈਰੀਗੇਟਿੰਗ ਨਹੀਂ ਸੀ ਉਹ ਬੰਦਾ ਆਰਾਮ ਨਾਲ ਜਾਂਦਾ ਉੱਥੇ ਝੰਡਾ ਚਲਾਉਂਦਾ ਔਰ ਇਹਦੇ 'ਚ ਭਾਜਪੀ ਜਿਹੜੀ ਆ ਉਹ ਆਪਣੀ ਕਾਮਯਾਬੀ ਮੰਨਦੀ ਹੈ ਕਿਉਂਕਿ ਅਸੀਂ ਕਿਸਾਨ ਪਰੇਡ ਸਵਦੇਸ਼ ਲਈ ਕਰਨੀ ਸੀ ਕੀਤੀ ਅੱਜ ਕਿ ਦੁਨੀਆ ਦੇ ਵਿੱਚ ਕਿਸਾਨ ਕਿਸਾਨ ਹੋਵੇ ਸਾਡਾ ਜਿਹੜਾ ਖੇਤੀ ਕਾਨੂੰਨ ਦੇ ਖਿਲਾਫ ਲੜਾਈ ਆ ਇਹਨੂੰ ਗਲੋਬਲ ਮੀਡੀਆ ਕਵਰ ਕਰੇ ਔਰ ਗਲੋਬਲ ਆਡੀਅנס ਹੋਣ ਤੇ ਪੂਰੀ ਦੁਨੀਆ 'ਚ ਅਸੀਂ ਆਪਣਾ ਲੜਾਈ ਦਾ ਜਿਹੜਾ ਕੇਸ ਆ ਪੁੱਟ ਕਰ ਸਕੀਏ ਪਰ ਭਾਜਪੀ ਨੇ ਆਪਣੇ ਇਸ ਬੰਦੇ ਨਾਲ ਮਿਲ ਕੇ ਉਹਨੂੰ ਅੰਦਰ ਵਾੜਿਆ ਉੱਥੇ ਝੰਡਾ ਚਲਾਇਆ ਔਰ ਉਹਦਾ ਕੀ ਹੋਇਆ ਕਿ ਕਿਸਾਨ ਕਿਸਾਨ ਦੀ ਥਾਂ ਤੇ ਪੂਰਾ ਨੈਸ਼ਨਲ ਗੋਦੀ মিডিਆ ਜਿਹੜਾ ਹੈਗਾ ਉਹਨੇ ਉਸ ਮੁੱਦੇ ਨੂੰ ਜਿਹੜਾ ਝੋਰ-ਸ਼ੋਰ ਨਾਲ ਉਭਾਰਿਆ ਹੈਗਾ ਸਾਡਾ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਜਿਹੜੀ ਸਾਰੀ ਚਰਚਾ ਨੂੰ ਆ ਉਹਨਾਂ ਨੇ ਘੱਟੇ ਰੋਲਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਸਾਰੇ ਦ੍ਰਿਸ਼ ਨੂੰ ਵੇਖ ਕੇ ਸਾਡੇ ਜਿਹੜੇ ਬਹੁਤ ਸਾਰੇ ਲੋਕ ਬੜੇ ਉਦਾਸ ਹੋਏ ਨਰਾਸ਼ ਹੋਏ ਬڑے ਗੀਤ ਮਤਲਬ ਇੱਥੇ ਟਰੈਕਟਰਾਂ ਦੇ ਵੱਜਦੇ ਸੀ ਅਸੀਂ ਹੁਣ ਜਦੋਂ ਆਏ ਮੀਟਿੰਗ ਸੀ 7-8 ਕਿਲੋਮੀਟਰ ਸ਼ੁਰੂ ਤੋਂ ਲੈ ਕੇ ਸਟੇਜ ਤੋਂ ਪਿੱਛੇ ਤੁਰ ਕੇ ਗਏ ਔਰ ਸੂਈਟਾ ਬੇਤਕ ਤਾਂ ਕਿਤੇ ਕੋਈ ਗੀਤ ਨਹੀਂ ਚੱਲ ਰਿਆ ਸੀ ਹੱਸ ਨਹੀਂ ਰਏ ਸੀ ਲੋਕ ਲੋਕਾਂ ਨੂੰ ਬੇਨਤੀ ਹੈ ਇੱਕ ਸਾਡੀ ਸਾਰੇ ਮਜ਼ਾਰਾਕਾਰੀਆਂ ਨੂੰ ਸਾਡੇ ਵੀਰਾਂ ਨੂੰ ਭੈਣਾਂ ਨੂੰ ਵੀ ਅੰਦੋਲਨਾਂ ਦੇ ਵਿੱਚ ਇਹ 19-21 ਚੀਜ਼ਾਂ ਚੱਲਦੀਆਂ ਰਹਿੰਦੀਆਂ ਇਸ ਕਰਕੇ ਆਪਣੀ ਲੜਾਈ ਲੰਬੀ ਆ ਸਾਨੂੰ ਕਿਸੇ ਵੀ ਤਰੀਕੇ ਨਾਲ ਨਿਰਾਸ਼ ਹੋਣ ਦੀ ਲੋੜ ਨਹੀਂ ਕਿਸੇ ਵੀ ਗੱਲ ਕਰਕੇ ਟੈਂਦੀ ਕਲਾ ਚਾਉਣ ਦੀ ਲੋੜ ਨਹੀਂ ਚੜਦੀ ਕਲਾ ਚ ਰਹਿਣ ਦੀ ਜ਼ਰੂਰਤ ਆ ਔਰ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਆ ਕਿਉਂਕਿ ਅਸੀਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਜਿਹੜੀ ਲੜਾਈ ਆ ਇਹਨੂੰ ਕਾਮਯਾਬ ਕਰਨਾ ਔਰ ਜਿਹੜੀ ਪਹਿਲਾਂ ਵੀ ਆਗੂਆਂ ਨੇ ਤੁਹਾਨੂੰ ਬੇਨਤੀ ਕੀਤੀ ਸੀ ਕਿ ਵਾਪਸ ਨਾ ਜਾਓ ਇੱਥੇ ਰੁਕੋ ਆਪਣਾ 1 ਫਰਵਰੀ ਦਾ ਪ੍ਰੋਗਰਾਮ ਦਾ ਸੱਦਾ ਦਿੱਤਾ ਹੋਇਆ ਜੇ ਇਥੋਂ ਗਿਣਤੀ ਘਟੂਗੀ ਤਾਂ ਬੀਜੇਪੀ ਜਿਹੜੀ ਹੈਗੀ ਆ ਧਰਨਾ ਚੱਕਵਾਉਣ ਦੀ ਵੀ ਜਿਹੜੀ ਆ ਉਹ ਕੋਸ਼ਿਸ਼ ਕਰੂਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਪਾਸੇ ਉਹ ਜਿਹੜੀ ਕਾਰਵਾਈ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਇੰਟਰਨੈਟ ਬੰਦ ਕਰਕੇ ਸਾਡਾ ਜਿਹੜਾ ਅਧਿਕਾਰ ਹੱਕ ਜਿਹੜਾ ਕੋਇਆ ਕਿ ਅਸੀਂ ਆਪਣੀ ਗੱਲ ਨਾ ਇੱਕ ਦੂਜੇ ਤੱਕ ਪਹੁੰਚਾ ਸਕੀਏ ਇਸ ਕਰਕੇ ਡਟੇ ਰਹੋ ਮੋਰਚਿਆਂ ਦੇ ਵਿੱਚ ਪ੍ਰਵਾਹ ਨਹੀਂ ਕਰਨੀ ਕਿਸੇ ਗੱਲ ਦੀ ਚੜਦੀ ਕਲਾ 'ਚ ਰਹੋ ਇਹ ਕੋਈ ਇਹ ਨਹੀਂ ਵੀ ਅੱਜ ਦੀ ਪ੍ਰੇਡ ਸਾਡੀ ਆਖਰੀ ਸੀਗੀ ਜੋ ਕੁਝ ਹੋਇਆ ਇਹਨੂੰ ਅੱਗੇ ਤੋਂ ਆਪਾਂ ਨਾ ਹੋਣ ਦਈਏ ਕਿਸਾਨ ਜਥੇਬੰਦੀਆਂ ਜੋ ਗਵਾਹੀ ਕਰ ਰਹੀਆਂ ਨੇ ਜੋ ਫੈਸਲੇ ਕਰਦੀਆਂ ਨੇ ਉਹਦੇ ਤੇ ਫੁੱਲ ਚੜਾਓ ਜਿਹੜੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਲੋਕ ਆ ਉਹਨਾਂ ਤੋਂ ਬਚੋ ਇਹ ਅਸੀਂ ਸ਼ੁਰੂ ਤੋਂ ਵੀ ਕਹਿੰਦੇ ਰਿਹਾ ਜਦੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਬੋਲਣ ਤੋਂ ਰੋਕਦੇ ਸੀ ਤਾਂ ਬਹੁਤ ਸਾਰੇ ਬੰਦੇ ਕਮੈਂਟ ਕਰਦੇ ਸੀ ਵੀ ਇਕੱਠੇ ਰਹੋ ਇਹ ਇਕੱਠੇ ਰਹਿਣ ਵਾਲੇ ਲੋਕ ਨੇ ਜੋ ਪਰਸੋ ਇਹਨਾਂ ਨੇ ਸਟੇਜ ਤੇ ਕੀਤਾ ਕੋਈ ਦੂਜੇ ਨਾ दर्जे ਦਾ ਕਲਾਕਾਰ ਆ ਕੋਈ ਫਰੌਤੀਆਂ ਲੈਣ ਵਾਲਾ ਬੰਦਾ ਹੈਗਾ ਕੋਈ ਵਿਦਵਾਨ ਬਣਿਆ ਫਿਰਦਾ ਇਤਿਹਾਸਕਾਰ ਬਣਿਆ ਫਿਰਦਾ ਤੇ ਇੱਕ ਉੱਤਰ ਰਹੀ ਹੈ ਇਤਿਹਾਸ ਦੀ ਇਤਿਹਾਸਕ ਲਹਿਰ ਦੀ ਮਤਲਬ ਪਿੱਠ ਚ ਸ਼ੁਰਾ ਮਾਰਨੀ ਆ ਗੱਲਾਂ ਕਰਦੇ ਆ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਕਿ ਸਾਨੂੰ ਉਹ ਪਛਾਣਨੇ ਪੈਣੇ ਆ ਕੱਲਾ ਇਹ ਹੀ ਨਹੀਂ ਹੋਰ ਬਹੁਤ ਕਿਸਮ ਦੇ ਵਿਦਵਾਨ ਇੱਥੇ ਫਿਰਦੇ ਆ ਖੌਤੀ ਵਿਦਵਾਨ ਕੋਈ ਵੀ ਫੈਸਲਾ ਹੋ ਜਾਣਾ ਉਦੋਂ ਨਾਲ ਦੇ ਨਾਲ ਫੇਸਬੁਕ ਤੇ ਲਾਈਵ ਹੋ ਜਾਣਾ ਇਸ ਘੋਲ ਦੇ ਵਿੱਚ ਕੋਈ ਨਹੀਂ ਤੁਸੀਂ ਤੁਹਾਡੇ ਹੱਡ ਪੈਰ ਸਲਾਮਤ ਨੇ ਤੁਸੀਂ ਕੋਈ ਵਲੰਟੀਅਰ ਡਿਊਟੀ ਕਰ ਲਓ ਇੱਥੇ ਕੋਈ ਲੋਕਾਂ ਦੀ ਸੇਵਾ ਕਰ ਲਓ ਇਸ ਅੰਦੋਲਨ 'ਚ ਕੋਈ ਲੋਕਾਂ ਦੀ ਮਦਦ ਕਰ ਦਿਓ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਮਦਦ ਕਰ ਦਿਓ ਕੋਈ ਮਦਦ ਨਹੀਂ ਕਰਨੀ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਫੇਸਬੁਕ ਤੇ ਲਾਈਵ ਹੋ ਕੇ ਭੰਡਣ ਲੱਗ ਜਾਣਾ ਦੋ ਬੰਨ ਗਿਆਂ ਦੇ ਵਿੱਚ ਇੱਕ ਐਸਐਫਐਸ ਨਾਂ ਦੀ ਜਥੇਬੰਦੀ ਆ ਇੱਕ ਡੀਐਸਓ ਨਾਂ ਦੀ ਜਥੇਬੰਦੀ ਆ ਜਿਨੇ ਲਗਾਤਾਰ ਘੋਲ ਲੂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਆ ਇੱਥੋਂ ਤੱਕ ਇੱਕ ਦਿਨ ਭੜਕਾ ਕੇ ਨੌਜਵਾਨਾਂ ਨੂੰ ਸਟੇਜ ਤੇ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਇਹ ਗੱਲ ਨੂੰ ਡੇਢ ਮਹੀਨਾ ਹੋ ਗਿਆ ਉਹ ਕੱਲ ਪਰਸੋ ਸੰਭਵ ਹੋ ਵੀ ਗਈ ਕੁਝ ਕਿਸਾਨ ਆਗੂਆਂ ਦੇ ਗੱਲ ਚੱਤ ਪਾਉਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ ਇਸ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਤਾਕਤਾਂ ਨੇ ਪਛਾਣ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਇਹ ਬਿਲਕੁਲ ਕੋਹਲ ਦੀ ਜਿਹੜੀ ਪਿੱਠ 'ਚ ਜਿਹੜਾ ਹੈਗਾ ਛੁਰਾ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਇਹ ਜਥੇਬੰਦੀਆਂ ਨਹੀਂ ਆ ਇੱਕ ਤਰ੍ਹਾਂ ਦੇ ਗੈਂਗ ਨੇ ਇਹ ਇਸ ਕਰਕੇ ਇਹਨਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਆ ਲੜਾਈ ਸਾਡੀ ਲੰਬੀ ਆ ਦ੍ਰਿੜ ਹੋ ਕੇ ਲੜਨਾ ਔਰ ਇਸ ਤਰ੍ਹਾਂ ਦੀਆਂ ਕਾਲੀਆਂ ਤਾਕਤਾਂ ਦਾ ਮੂੰਹ ਭੰਨਣਾ ਹੈਗਾ ਅਗਲੀ ਗੱਲ ਕਿ ਆਪਾਂ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਇਸੇ ਤਰ੍ਹਾਂ ਇੱਕ ਮੁੱਠ ਇੱਕ ਸੁਰ ਹੋਗੇ 8 ਮਹੀਨੇ ਹੋ ਗਿਆ ਆਪਾਂ ਲੜਦੇ ਆਂ ਔਰ ਹੁਣ ਤੱਕ ਜਿੰਨੇ ਵੀ ਆਪਾਂ ਐਕਸ਼ਨ ਦਿੱਤੇ ਜੋ ਵੀ ਕਾਲ ਦਿੱਤੀ ਸਾਰਿਆਂ ਨੇ ਤੁਸੀਂ ਫੁੱਲ ਚੜਾਏ ਉਸ ਕਾਲ ਤੇ ਔਰ ਉਹ ਸਫਲ ਰਹੀ ਹੈ ਅੱਗੇ ਤੋਂ ਵੀ ਜੋ ਵੀ ਸੱਦਾ ਦਈਏ ਇਸੇ ਤਰ੍ਹਾਂ ਟਿੱਕਰੀ ਸਿੰਘੂ ਤੇ ਹੋਰ ਥਾਵਾਂ ਤੇ ਵੱਡੀ ਗਿਣਤੀ ਚ ਡਟੇ ਰਹੋ ਤਾਂ ਕਿ ਆਪਾਂ ਇਸ ਕੋਲ ਨੂੰ ਅਜ਼ਾਮ ਅੰਜਾਮ ਤੱਕ ਪਹੁੰਚਾ ਸਕੀਏ ਸੱਤ ਸਾਲਾਂ ਦੇ ਵਿੱਚ ਜੋ ਦਹਿਸ਼ਤ ਪਾਈ ਹੈਗੀ ਆ ਬੀਜੇਪੀ ਸਰਕਾਰ ਨੇ ਕੇਂਦਰ ਦੀ ਮੋਦੀ ਤੇ ਅਮਿਤ ਸ਼ਾਹੀ ਦੀ ਸਰਕਾਰ ਨੇ ਉਹਦੇ ਖਿਲਾਫ ਇਹ ਲਹਿਰ ਇੱਕ ਉਮੀਦ ਬਣ ਕੇ ਉੱઠી ਆ ਇਹ ਲਹਿਰ ਨੇ ਲੋਕਾਂ ਦੇ ਸੁਪਨੇ ਜਗਾਏ ਆ ਇਸ ਲਹਿਰ ਨੇ ਲੋਕਾਂ ਨੂੰ ਨਿਰਾਸ਼ਾ ਚੋਂ ਕੱਢਿਆ ਇਸ ਕਰਕੇ ਇਸ ਲਹਿਰ ਨੂੰ ਟੁੱਟਦੀ ਜਾਂ ਨਿਰਾਸ਼ ਹੁੰਦੀ ਨਹੀਂ ਦੇਖਣਾ ਆਪ ਇਸ ਕਰਕੇ ਸਾਰੇ ਚੜ੍ਹਦੀ ਕਲਾ 'ਚ ਰਹੋ ਇੱਥੇ ਡਟੇ ਰਹੋ ਮੋਰਚਿਆਂ 'ਚ ਵੱਡੀ ਗਿਣਤੀ 'ਚ ਜਿੰਨੇ ਵੀ ਦੂਰ ਦਰਾਡੇ ਤੋਂ ਸਾਡੇ ਦੋਸਤ ਮਿੱਤਰ ਵੀਰ ਭੈਣ ਬਜ਼ੁਰਗ ਬੀਬੀਆਂ ਸਾਰਿਆਂ ਨੂੰ ਬੇਨਤੀ ਆ ਕਿ ਜਿਵੇਂ ਪਹਿਲਾਂ ਵੀਰਾ ਕਰਤ ਕਿਹਾ ਉਹ ਵਿਲਾ ਘੱਟ ਕੇ ਆਓ ਇੱਥੇ ਆਪਾਂ ਕਿਸੇ ਵੀ ਤਰੀਕੇ ਨਾਲ ਮੋਰਚੇ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਔਰ ਜਿੱਤ ਕੇ ਜਾਣਾ ਇਥੋਂ ਨਗਾਰੇ ਵਜਾਉਂਦੇ ਪੰਜਾਬ ਨੂੰ ਜਾਣਾ ਔਰ ਤਿੰਨੋਂ ਖੇਤੀ ਕਾਨੂੰਨ ਜੋ ਸਾਡੀ ਹੋਂਦ ਤੇ ਹਮਲਾ ਜੋ ਸਾਡੀ ਜ਼ਮੀਨ ਤੇ ਰੋਜੀ ਰੋਟੀ ਨੂੰ ਖੋਣਾ ਚਾਹੁੰਦੇ ਆ ਉਹਨੂੰ ਰੱਦ ਕਰਾ ਕੇ ਜਾਣਾ ਇੰਨੀਆਂ ਬੇਨਤੀਆਂ ਦੇ ਨਾਲ ਡਟੇ ਰਹੋ ਚੜ੍ਹਦੀ ਕਲਾ 'ਚ ਰਹੋ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ